ਦੋਸਤਾਂ ਦੇ ਵੱਲੋਂ ਹੀ ਆਪਣੇ ਜਿਗਰੀ ਯਾਰ ਨੂੰ ਪੈਟਰੋਲ ਨਾਲ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਨੌਜਵਾਨ ਬੁਰੇ ਤਰੀਕੇ ਦੇ ਨਾਲ ਝੁਲਸਿਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ। ਹਾਲਾਂਕਿ ਪਹਿਲਾਂ ਤਾਂ ਇਹਨਾਂ ਨੌਜਵਾਨਾਂ ਦੇ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਜਦੋਂ ਬਾਈਕ ਦੇ ਵਿੱਚ ਤੇਲ ਪਾਉਣ ਲੱਗੇ ਤਾਂ ਬਾਈਕ ਗਰਮ ਸੀ ਤੇ ਤੇਲ ਜੋ ਹੈ ਸਾਈਡ ਦੇ ਵਿੱਚ ਜਦੋਂ ਚੋਂਦਾ ਤਾਂ ਅਚਾਨਕ ਹੀ ਬਾਈਕ ਅੱਗ ਫੜ ਲੈਂਦਾ ਤੇ ਇਹ ਨੌਜਵਾਨ ਉਸਦੀ ਚਪੇਟ ਦੇ ਵਿੱਚ ਆਉਣ ਕਾਰਨ ਅੱਗ ਜੋ ਹੈ ਇਸ ਨੂੰ ਵੀ ਲੱਗ ਜਾਂਦੀ ਹੈ। ਪਰ ਜਿਵੇਂ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਜਦੋਂ ਆਲੇ ਦੁਆਲੇ ਦੀ ਲੱਗੀ ਸੀਸੀਟੀਵੀ ਫੁਟੇਜ ਨੂੰ ਖੰਗਾਲਦੀ ਹੈ ਤਾਂ ਉਸ ਦੇ ਵਿੱਚ ਸਾਰਾ ਮਾਮਲਾ ਸਾਫ਼ ਹੋ ਜਾਂਦਾ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਇਸ ਨੌਜਵਾਨ ਨੂੰ ਪਹਿਲਾਂ ਤਾਂ ਘੇਰਿਆ ਹੋਇਆ ਕੁਝ ਮੁੰਡਿਆਂ ਨੇ, ਉਸ ਤੋਂ ਬਾਅਦ ਦੇ ਵਿੱਚ ਬਹਿਸ ਹੁੰਦੀ ਹੈ, ਬਹਿਸ ਤੋਂ ਬਾਅਦ ਇਸ ਦੇ ਉੱਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ 85% ਸਰੀਰ ਇਸ ਮੁੰਡੇ ਦਾ ਜਲ ਕੇ ਝੁਲਸਿਆ ਤੇ ਇਸ ਤੋਂ ਬਾਅਦ ਦੇ ਵਿੱਚ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ, ਪੁਲਿਸ ਦੇ ਵੱਲੋਂ ਵੀ 8 ਨੌਜਵਾਨਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਤਾਂ ਮਾਮਲਾ ਜਗਰਾਓਂ ਤੋਂ ਸਾਹਮਣੇ ਆਇਆ, ਜਿੱਥੇ ਕਿ ਦੋਸਤਾਂ ਨੇ ਹੀ ਦੋਸਤੀ ਦੇ ਨਾਂ ਦੇ ਉੱਤੇ ਕਲੰਕ ਲਾ ਦਿੱਤਾ, ਆਪਣੇ ਹੀ ਜਿਗਰੀ ਯਾਰ ਨੂੰ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਜਿਸ ਦੇ ਵਿੱਚ 85% ਤੱਕ ਇਹ ਨੌਜਵਾਨ ਝੁਲਸ ਚੁੱਕਾ ਹੈ, ਜਿਸਦਾ ਕਿ ਹੁਣ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਸਰਜੀ ਮੁੰਡੇ ਦੀ ਮੇਰੇ ਦੀ ਹਾਲਤ ਗੰਭੀਰ ਹਾਲਤ ਹੈ, 85% ਉਹਨੂੰ ਅੱਗ ਲੱਗ ਚੁੱਕੀ ਹੈ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਵਧੀਆ ਸਹਿਯੋਗ ਦੇ ਰਹੀ ਹੈ ਸਾਡਾ ਪੁਲਿਸ। ਕੀ ਮੰਗ ਕਰਦੇ ਹੋ ਪੁਲਿਸ ਤੋਂ? ਮੈਂ ਪੁਲਿਸ ਕੋਲੋਂ ਇਹੀ ਮੰਗ ਕਰਦਾ ਜੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ, ਵੀ ਗਾਂ ਨੂੰ ਹੋਰ ਕਿਸੇ ਬੱਚੇ ਨੂੰ ਜਾਂ ਹੋਰ ਕਿਸੇ ਦੇ ਧੀ ਪੁੱਤ ਨੂੰ ਇੱਦਾਂ ਦੀ ਹਾਲਾਤ ਨਾ ਬੀਤਣਾ। ਇਸ ਸੰਬੰਧੀ ਮਿਤੀ 4/6/24 ਨੂੰ ਸਾਨੂੰ ਫਰੀਦਕੋਟ ਮੈਡੀਕਲ ਕਾਲਜ ਤੋਂ ਇਨਫੋਰਮੇਸ਼ਨ ਮਿਲੀ। ਉਸ ਸੰਬੰਧੀ ਜਿਹੜੀ ਆ, ਮੈਂ ਵੀ ਮੌਕਾ ਦੇਖਿਆ, ਮੌਕੇ 'ਤੇ ਜਾ ਕੇ ਸਾਡੇ IOS ਦੇ ਮੋਹਰੇ ਵਾਲੇ ਵੀ ਉੱਥੇ ਜਾ ਕੇ ਆਏ ਅਤੇ ਉੱਥੇ ਮੌਕੇ 'ਤੇ ਜਿਹੜਾ ਸਾਨੂੰ ਉਹਦੇ ਜਿਹੜੇ ਪੇਰੈਂਟਸ ਮਿਲੇ ਆ, ਜਿਨ੍ਹਾਂ ਨੇ ਇਹੀ ਦੱਸਿਆ ਕਿ ਮੋਟਰਸਾਈਕਲ ਦੇ ਵਿੱਚ ਮੁੰਡਾ ਤੇਲ ਪਾ ਰਿਹਾ ਸੀ, ਮੋਟਰਸਾਈਕਲ ਜ਼ਿਆਦਾ ਗਰਮ ਸੀ, ਮੋਟਰਸਾਈਕਲ ਨੂੰ ਅੱਗ ਲੱਗ ਗਈ। ਪਰ ਉਹ ਤੋਂ ਬਾਅਦ ਕੱਲ੍ਹ ਸਾਨੂੰ ਪਤਾ ਲੱਗਾ, ਅਸੀਂ ਕੋਈ ਇਨਵੈਸਟੀਗੇਸ਼ਨ ਦੇ ਸੰਬੰਧ ਵਿੱਚ ਆਪਣਾ ਪਤਾ ਕੀਤਾ, CCTV ਕੈਮਰੇ ਚੈੱਕ ਕੀਤੇ, ਉਹਦੇ ਵਿੱਚੋਂ ਮਾਮਲਾ ਜਿਹੜਾ ਹੋਰ ਪਾਇਆ ਗਿਆ, ਜਿਸ ਸੰਬੰਧੀ ਅਸੀਂ 8 ਬੰਦਿਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰਤਾ। ਸਰ ਕਿਹੜੀ ਧਾਰਾ ਦਾ ਮੁਕੱਦਮਾ ਦਰਜ ਕੀਤਾ ਜੀ? 326 IPC ਜੀ 100 ਜੀ। ਸਰ ਜਿਹੜਾ ਹਸਪਤਾਲ ਵਿੱਚ ਮੁੰਡਾ ਜਿਹੜੇ ਇਲਾਜ ਉਸ ਨੂੰ ਮਿਲ ਕੇ ਬਿਆਨ ਲਏ ਜੀ, ਕਿਸ ਸਥਿਤੀ ਉਹਦੀ ਕਿਵੇਂ ਆ? ਉਹਦੀ ਸਥਿਤੀ ਤਾਂ ਹੁਣ ਤਾਂ ਉਹ ਜਿਹੜਾ ਅਨਕੋਨਸ਼ੀਅਸ ਨਹੀਂ ਬੋਲਦਾ, ਪਰ ਸਰਵੇ ਤੋਂ ਪਹਿਲਾਂ ਉੱਥੇ ਦੇ ਸੰਬੰਧਿਤ ਜਿਹੜੇ ਮਜਿਸਟਰੇਟ ਸਾਹਿਬ ਆ ਉਹਨਾਂ ਨੇ ਬਿਆਨ ਲਏ ਆ ਜੀ, ਜਿਹੜੀ ਪਹਿਲਾਂ ਜਿਹੜੀ ਰਿਟਰਨ ਕਾਰਵਾਈ ਕੀਤੀ ਜਾ ਰਹੀ ਹੈ। ਕੋਈ ਦੋਸ਼ੀ ਫੜਿਆ ਸਰ, ਗ੍ਰਿਫਤਾਰ ਕੀਤਾ ਕੋਈ ਦੋਸ਼ੀ? ਨਹੀਂ, ਹਜੇ ਤੱਕ ਕੋਈ ਨਹੀਂ ਹੈ, ਵੇਟ ਕਰ ਰਹੇ ਹਾਂ। ਸਰ ਪਤਾ ਲੱਗਿਆ ਵੀ ਕਾਰਨ ਕੀ ਹੋਇਆ ਅੱਗ ਲਾਉਣ ਦਾ, ਵੀ ਕੋਈ ਲੜਾਈ ਝਗੜਾ ਜਾਂ ਕੁਝ? ਆਪਸ ਵਿੱਚ ਮੁੰਡੇ ਜਿਹੜੇ ਖੜੇ ਸੀਗੇ ਹਾਸਾ ਮਜ਼ਾਕ ਕਰ ਰਹੇ, ਹਾਸੇ ਮਜ਼ਾਕ ਦੇ ਵਿੱਚ ਜਿਹੜਾ ਫੁਟੇਜ ਦੇ ਮੁਤਾਬਕ ਜਿਹੜਾ ਆਪਣੇ ਜਿਹਦਾ ਆਪਸ ਵਿੱਚ ਮੁੰਡੇ ਇੱਕ ਦੂਜੇ ਨੂੰ ਸਾਰੇ ਜਾਣਦੇ ਸੀਗੇ, ਹਾਸੇ ਮਜ਼ਾਕ ਦੇ ਵਿੱਚ ਇਹਨਾਂ ਨੇ ਲਾਈਟਰ ਦੇ ਨਾਲ ਅੱਗ ਲਾ ਕੇ ਜਿਹੜਾ ਉਹਦਾ ਹੋਰ ਰੂਪ ਧਾਰਨ ਕਰ, ਜਿਹਦੇ ਕਰਕੇ ਇੰਨਾ ਜ਼ਿਆਦਾ ਝੁਲਸ ਗਿਆ। ਅਤੇ ਸਰ ਇਹ 'ਚ ਇੱਕੋ ਕੋਈ ਗੱਲ ਸਾਹਮਣੇ ਆਈ ਹੈ ਵੀ ਇਹ ਨਸ਼ਾ ਵੇਚਣ ਤੋਂ ਰੋਕਾਂ ਦਾ ਸੀ ਮੁੰਡਿਆਂ ਨੂੰ, ਅਤੇ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਨੇ ਲਾਈ, ਇੱਦਾਂ ਦੀ ਕੋਈ ਗੱਲ ਤਾਂ ਨਹੀਂ? ਨਸ਼ੇ ਵਾਲੀ ਕੋਈ ਗੱਲ ਨਹੀਂ ਹੈ, ਆਪਸ ਵਿੱਚ ਮੁੰਡੇ ਇੱਕ ਦੂਜੇ ਨੂੰ ਜਾਣਦੇ ਸੀਗੇ ਜੀ, ਜਿਹੜੀ ਨਸ਼ੇ ਵਾਲੀ ਐਵੇਂ ਅਫਵਾਹ ਬਣਾਈ ਜਾਂਦੇ ਲੋਕ, ਇਹੋ ਜਿਹੀ ਕੋਈ ਗੱਲ ਨਹੀਂ ਨਸ਼ੇ।
ਸਰ ਸੀ ਸੀ ਟੀ ਵੀ ਕੈਮਰੇ ਦੀ ਫੋਟੋਜ਼ ਦੇਖੀ, ਜਿਹੜੇ ਬੰਦੇ ਅੱਗ ਲਾ ਰਹੇ ਆ ਉਹੀ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਆ? ਉਹ ਤਾਂ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਸੀ। ਅੱਛਾ, ਦੇਖਿਆ ਹਾਲਾਤ ਹਾਸੇ ਮਜ਼ਾਕ ਨਾਲ ਸਾਰਾ ਕੰਮ ਹੋਇਆ।